ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਸੰਬੰਧੀ ਸਖਤੀ ਲਗਾਤਾਰ ਵੱਧਦੀ ਜਾ ਰਹੀ ਆ। ਇਸ ਸਖਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਕਿ ਅੱਜ ਕਿਊਬੈਕ ਨੇ, ਕਿਊਬੈਕ ਜਿਹੜਾ ਕਿ ਕੈਨੇਡਾ ਦਾ ਇੱਕ ਸੂਬਾ ਆ, ਉਹਨੇ ਫੈਡਰਲ ਸਰਕਾਰ ਨੂੰ ਇਹ ਕਿਹਾ ਕਿ ਜਿਹੜੇ ਰਿਫਿਊਜੀ ਨੇ, ਜਿਹੜੇ ਸ਼ਰਨਾਰਥੀ ਨੇ, ਇਹਨਾਂ ਦੀ ਵੰਡ ਬਰਾਬਰ ਕੀਤੀ ਜਾਵੇ। ਮਤਲਬ ਇਹ ਆ ਕਿ ਕਿਊਬੈਕ ਦੇ ਵਿੱਚ ਸ਼ਰਨਾਰਥੀ ਜ਼ਿਆਦਾ ਪਨਾਹ ਲੈ ਰਹੇ ਕਿਉਂਕਿ ਉੱਥੇ ਥੋੜ੍ਹੀ ਜਿਹੀ ਸੌਖੀ ਆ, ਬਾਕੀ ਕੈਨੇਡਾ ਦੇ ਵਿੱਚ ਇਹ ਉਨੇ ਜ਼ਿਆਦਾ ਨਹੀਂ ਆ। ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਜਦੋਂ ਕਿਹਾ ਸੀ ਕਿ ਇਹ ਸ਼ਰਨਾਰਥੀ ਕਿਊਬੈਕ ਦੇ ਵਿੱਚੋਂ ਅਲਬਰਟਾ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਭੇਜੇ ਜਾਣ, ਅਤੇ ਅਲਬਰਟਾ ਦੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਨੇ ਮਨ੍ਹਾ ਕੀਤਾ ਸੀ ਕਿ ਸਾਡੇ ਕੋਲ ਇੰਨੇ ਰਿਸੋਰਸਿਸ ਨਹੀਂ ਆ। ਭਾਵੇਂ ਕਿ ਕੋਈ ਫੈਡਰਲ ਸਰਕਾਰ ਵੱਲੋਂ ਕੁਝ ਖਾਸ ਰਿਸੋਰਸਿਸ ਕਿਊਬੈਕ ਨੂੰ ਦਿੱਤੇ ਜਾ ਰਹੇ ਆ, ਪਰ ਇਹ ਸਾਰੀਆਂ ਇਸ ਗੱਲ ਦੀ ਨਿਸ਼ਾਨੀ ਆ ਕਿ ਜਿੰਨੇ ਵੀ ਪ੍ਰੋਵਿੰਸ ਨੇ ਉਹ ਇਹਨਾਂ ਤੋਂ ਤੰਗ ਨੇ, ਉਹਨਾਂ ਕੋਲ ਇਹਨਾਂ ਨੂੰ ਸਾਂਭਣ ਦੇ ਲਈ ਇਨਫਰਾਸਟ੍ਰਕਚਰ ਜਾਂ ਉਨੀ ਫੰਡਿੰਗ ਨਹੀਂ ਆ। ਇਹਦੇ ਨਾਲ ਇੱਕ ਹੋਰ ਖਬਰ ਜਿਹੜੀ ਅੱਜ CBSA ਦੀ ਚਰਚਾ ਚੱਲ ਰਹੀ ਹੈ ਕਿ ਇਹਨਾਂ ਨੇ ਇੱਕ ਐਪ ਲਾਂਚ ਕਰਨੀ ਹੈ ਇਸ ਫਾਲ ਦੇ ਵਿੱਚ, ਜਿਹੜੀ ਕਿ ਡੈਪੋਟੇਸ਼ਨ ਦੇ ਵਿੱਚ ਹੈਲਪ ਕਰੂਗੀ। 2000 ਦੇ ਕਰੀਬ ਸਾਲ ਦੇ ਵਿੱਚ ਇਹੋ ਜਿਹੇ ਲੋਕ ਹੁੰਦੇ ਆ ਕੈਨੇਡਾ ਦੇ ਵਿੱਚ ਜਿਨ੍ਹਾਂ ਦੇ ਉੱਤੇ ਡੈਪੋਟੇਸ਼ਨ ਆਰਡਰ ਲੱਗਦੇ ਆ, ਪਰ ਉਹ ਜਾਂਦੇ ਨਹੀਂ ਅਤੇ ਨਾ ਮੁੜ ਕੇ ਇਹਨਾਂ ਨੂੰ ਲੱਭਦੇ ਆ। ਹੁਣ CBSA ਜਿਹੜਾ ਹੈਗਾ ਆ ਉਹ ਫੇਸ਼ੀਅਲ ਰੈਕੋਗਨੀਸ਼ਨ ਦੇ ਜਿਹੜਾ ਫੀਚਰ ਆ ਉਹਨੂੰ ਯੂਜ਼ ਕਰ ਰਿਹਾ ਕਿ ਉਹ ਐਪ ਤੁਹਾਡੇ ਚਿਹਰੇ ਨੂੰ ਪਛਾਣ ਕੇ ਦੱਸ ਦੂਗੀ ਵੀ ਇਹ ਬੰਦੇ ਦੇ ਉੱਤੇ ਡੈਪੋਟੇਸ਼ਨ ਦੇ ਆਰਡਰ ਲੱਗੇ ਆ, ਇਹਨੂੰ ਭੇਜਿਆ ਜਾਵੇ ਜਾਂ ਨਾ ਭੇਜਿਆ ਜਾਵੇ। ਉਹ ਬਹੁਤ ਸੌਖਾ ਇਹਨਾਂ ਦੇ ਲਈ ਹੋਜੂਗਾ। ਪਿਛਲੇ ਲੰਬੇ ਸਮੇਂ ਤੋਂ ਚਰਚਾ ਚੱਲਦੀ ਸੀ, ਪਰ ਹੁਣ ਆ ਜਿਹੜੀ ਫਾਲ ਆ ਰਹੀ ਆ ਇਹਦੇ ਵਿੱਚ ਇਹਨਾਂ ਨੇ ਇਹ ਐਪ ਲਾਂਚ ਕਰ ਦੇਣੀ ਆ। ਤੀਜੀ ਗੱਲ, ਜਿਹੜੇ ਰਿਫਿਊਜੀ ਅਤੇ ਸ਼ਰਨਾਰਥੀ ਦੇ ਕਲੇਮ ਇੱਥੇ ਕੈਨੇਡਾ ਦੇ ਵਿੱਚ ਵੱਧ ਰਹੇ ਨੇ, ਥੋੜ੍ਹੇ ਦਿਨ ਪਹਿਲਾਂ ਅਮੈਰੀਕਾ ਨੇ ਵੀ ਇਸ ਮਾਮਲੇ ਦੇ ਵਿੱਚ ਸਖਤੀ ਕੀਤੀ ਆ। ਲੋਕ ਵਿਜ਼ਟਰ ਵੀਜ਼ੇ ਜਾਂ ਕਿਸੇ ਤਰੀਕੇ ਦੇ ਨਾਲ ਪਹਿਲਾਂ ਕੈਨੇਡਾ ਆ ਜਾਂਦੇ ਸੀ ਕਿਉਂਕਿ ਇੱਥੇ ਹੁਣ ਪੱਕਾ ਹੋਣਾ ਔਖਾ, ਲੋਕ ਬਾਰਡਰ ਟੱਪ ਕੇ ਅਮਰੀਕਾ ਚਲੇ ਜਾਂਦੇ ਆ। ਉਹਦੀਆਂ ਸਾਫ਼ ਤੌਰ ਦੇ ਉੱਤੇ ਐਡਾਂ ਆ ਰਹੀਆਂ ਅਤੇ ਕਈ 2 ਨੰਬਰ ਦੇ ਵਿੱਚ ਲੋਕ ਬਾਰਡਰ ਟਪਾਉਂਦੇ ਆ। ਉਹਦੇ ਤੋਂ ਬਿਨਾਂ ਕੁਛ ਲੋਕ ਅਮਰੀਕਾ ਦੇ ਬਾਰਡਰ 'ਤੇ ਜਾ ਕੇ ਸ਼ਰਨਾਰਥੀ ਅਪਲਾਈ ਕਰ ਦਿੰਦੇ ਕਿ ਜੀ ਅਸੀਂ ਰਿਫਿਊਜੀ ਹਾਂ, ਸਾਨੂੰ ਖਤਰਾ ਹੈ। ਇਹਨਾਂ ਨੇ ਇਹ ਉਹ ਨਿਯਮ ਵੀ ਸਖਤ ਕਰ ਦਿੱਤੇ ਆ। ਪਹਿਲਾਂ ਬੰਦੇ ਨੂੰ ਵਕੀਲ ਨਾਲ ਗੱਲ ਕਰਨ ਅਤੇ ਵਕੀਲ ਕਰਨ ਦੇ 24 ਘੰਟੇ ਦਿੱਤੇ ਜਾਂਦੇ ਸੀ ਬਾਰਡਰ 'ਤੇ, ਹੁਣ ਇਹਨਾਂ ਨੇ ਉਹ ਘਟਾ ਕੇ 4 ਘੰਟੇ ਕਰ ਦਿੱਤੇ ਆ। ਪਹਿਲਾਂ ਬੰਦਾ ਘਰੋਂ ਇੱਧਰੋਂ ਉੱਧਰੋਂ ਡਾਕੂਮੈਂਟ ਹੋਰ ਇਕੱਠੇ ਬਾਅਦ 'ਚ ਕਰਕੇ ਆਪਣਾ ਕੇਸ ਬਣਾ ਸਕਦਾ ਸੀ। ਹੁਣ ਇਹਨਾਂ ਨੇ ਕਿਹਾ ਕਿ ਜਦੋਂ ਉਹਨੂੰ ਉਹ ਰਾਜਸੀ ਸ਼ਰਨ ਜਾਂ ਕਿਸੇ ਕਿਸਮ ਦਾ ਉੱਥੇ ਪਨਾਹ ਦੇਣੀ ਆ ਬਾਰਡਰ ਦੇ ਉੱਤੇ, ਜਿਹੜੇ ਡਾਕੂਮੈਂਟ ਉਸ ਬੰਦੇ ਕੋਲ ਉਸ ਵੇਲੇ ਹੈਗੇ ਉਹਨਾਂ ਦੇ ਆਧਾਰ ਦੇ ਉੱਤੇ ਫੈਸਲਾ ਕੀਤਾ ਜਾਊਗਾ। ਅਤੇ ਦੂਜੀ ਗੱਲ, ਕਿਉਂਕਿ ਇਹਨਾਂ ਦੀ ਟ੍ਰਿਟੀ ਆਪਸ ਦੇ ਵਿੱਚ ਕੈਨੇਡਾ ਅਮਰੀਕਾ ਦੀ, ਔਰ ਫੈਸਲਾ ਇਹ ਆ ਕਿ ਤੁਸੀਂ ਜਿਹੜੇ ਦੇਸ਼ ਦੇ ਵਿੱਚ ਪਹਿਲਾਂ ਐਂਟਰ ਕਰਕੇ ਤੁਹਾਨੂੰ ਰਿਫਿਊਜੀ ਸਟੇਟਸ ਉੱਥੇ ਅਪਲਾਈ ਕਰਨਾ ਪਊਗਾ। ਇਹ ਨਹੀਂ ਹੋ ਸਕਦਾ ਕਿ ਤੁਸੀਂ ਕੈਨੇਡਾ ਦੇ ਵਿੱਚ ਆ ਗਏ ਅਤੇ ਕੈਨੇਡਾ ਦੇ ਵਿੱਚ ਕੁਛ ਚਿਰ ਰਹਿਣ ਤੋਂ ਬਾਅਦ ਅਮਰੀਕਾ ਦੇ ਬਾਰਡਰ 'ਤੇ ਜਾ ਕੇ ਆਪਣੇ ਆਪ ਨੂੰ ਰਿਫਿਊਜੀ ਕਹਿ ਦਿਉ। ਤੁਹਾਨੂੰ ਇਹਦਾ ਸਬੂਤ ਉੱਥੇ ਦੇਣਾ ਪਊਗਾ ਕਿ ਮੈਂ ਕੈਨੇਡਾ ਦੇ ਵਿੱਚ ਰਹਿਣ ਦੌਰਾਨ ਇਹ ਰਿਫਿਊਜੀ ਅਪਲਾਈ ਕਿਉਂ ਨਹੀਂ ਕੀਤਾ। ਪਿਛਲੇ ਸਾਲ ਜਾਣੀ ਕਿ 2023 ਦੇ ਵਿੱਚ ਰੈਕਡ ਨੰਬਰ ਆਫ ਡੈਪੋਟੇਸ਼ਨਸ ਹੋਈਆਂ, ਸ਼ਾਇਦ ਸਾਨੂੰ ਕਈ ਵਾਰੀ ਪਤਾ ਨਹੀਂ ਲੱਗਦਾ, ਪਰ ਸਭ ਤੋਂ ਵੱਧ ਲੋਕ ਪਿਛਲੇ ਸਾਲ ਕਈ ਦਹਾਕਿਆਂ ਬਾਅਦ ਡਿਪੋਰਟ ਕੀਤੇ ਗਏ ਆ। ਇਹ ਸਿਲਸਿਲਾ ਇਸ ਸਾਲ ਵੀ ਚੱਲ ਰਿਹਾ। ਆਪਣੇ ਜਿਹੜੇ ਕਾਗਜ਼ ਪੱਤਰ ਅਤੇ ਇੱਥੇ ਆਉਣ ਤੋਂ ਪਹਿਲਾਂ ਸਾਰੀ ਜਾਣਕਾਰੀ ਲੈ ਕੇ ਕੈਨੇਡਾ ਆਓ।